ਮੈਂ ਸਮਾਨ ਗਈ ਸੀ ਤੇ ਮੈਂ 7ਵੇਂ ਮਹੀਨੇ 'ਚ ਆਈ ਹਾਂ ਵਾਪਸ। ਅਸੀਂ 2023 'ਚ 9ਵੇਂ ਮਹੀਨੇ 'ਚ ਗਏ ਸੀ। ਇੱਕ ਮਹੀਨੇ ਦਾ ਵੀਜ਼ਾ ਦਿੱਤਾ ਸੀ ਕੁੜੀ ਨੂੰ। ਹਾਂਜੀ ਟੂਰਿਸਟ ਵੀਜ਼ਾ। ਉਹ ਕਹਿੰਦੀ ਕੰਮ ਤੇ ਲਵਾਉਂਗੀ, ਤੁਹਾਨੂੰ ਵਧੀਆ ਪੈਸੇ ਮਿਲਣਗੇ, ਕੁੱਟਮਾਰ ਕੁਛ ਨਹੀਂ ਹੁੰਦੀ ਉਹਨੂੰ, ਕਿਉਂਕਿ ਮੈਨੂੰ ਹੋਰ ਕੁੜੀਆਂ ਨੇ ਦੱਸਿਆ ਸੀ ਉੱਥੇ ਕੁੱਟਮਾਰ ਕਰਦੇ ਆ। ਉਹ ਕਹਿੰਦੀ ਕੁੜੀਆਂ ਝੂਠ ਬੋਲਦੀਆਂ, ਇਹੋ ਜਿਹਾ ਕੋਈ ਨਹੀਂ ਹੈਗਾ। ਇਹ ਜਿਹੜੀ ਕੁੜੀ ਨੇ ਮੈਨੂੰ ਲੈ ਕੇ ਗਈ, ਉਹ ਸਾਡੀ ਰਿਸ਼ਤੇਦਾਰੀ ਚ ਸੀ। ਹਾਂਜੀ ਸਮਾਲ ਭਾਈ ਦੀ ਰਹਿਣ ਵਾਲੀ ਆ। ਹਾਂਜੀ ਤੇ ਉਹ ਕਹਿੰਦੀ ਸੀ ਕੁੱਟਮਾਰ ਕੁਛ ਨਹੀਂ ਹੁੰਦੀ, ਮੈਂ ਉਹਨੂੰ ਦੱਸਿਆ ਸੀ। ਉਹ ਕਹਿੰਦੀ ਮੇਰੀ ਜ਼ਿੰਮੇਵਾਰੀ ਆ, ਕੁੜੀਆਂ ਕੰਮ ਕਰਦੀਆਂ ਮਾਰੀਆਂ ਝੂਠ ਬੋਲਦੀਆਂ। ਹਾਂਜੀ ਮੈਨੂੰ ਮੈਂ ਹਾਂਜੀ ਵੀਡੀਓ ਦੇਖਿਆ ਸੀ। ਹਾਂਜੀ ਮੈਂ ਵੀਡੀਓ ਦੇਖਿਆ ਸੀ ਤੇ ਉਹ ਕਹਿੰਦੀ ਸੀ ਨਹੀਂ ਇੱਦਾਂ ਦਾ ਕੁਛ ਨਹੀਂ, ਕੁੜੀਆਂ ਝੂਠ ਬੋਲਦੀਆਂ ਵਾ। ਉਹ ਕਹਿੰਦੀ ਮੇਰੀ ਜ਼ਿੰਮੇਵਾਰੀ, ਕੁੜੀਆਂ ਇੱਥੇ ਆਣ ਕੇ ਕੰਮ ਨਹੀਂ ਕਰਦੀਆਂ, ਤਾਂ ਕਰਕੇ ਕਹਿ ਦਿੰਦੀ ਹਾਂ ਇੱਥੇ ਵਧੀਆ ਮਾਹੌਲ ਆ, ਪੈਸੇ ਮਿਲਣਗੇ ਤੇ ਦਵਾਈ ਦਿੱਤੀ ਜਾਊਗੀ ਜੇ ਤੁਸੀਂ ਢਿੱਲੇ ਮਿਲੇ, ਕੱਪੜਾ ਲੀੜਾ ਸਾਰਾ ਕੁਛ ਮਿਲੂਗਾ। ਪਰ 1 ਮਹੀਨਾ ਉਹਨਾਂ ਨੇ ਮੈਨੂੰ ਵਧੀਆ ਰੱਖਿਆ। 1 ਮਹੀਨੇ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ ਉਹ ਮੈਨੂੰ 3-3 ਘਰਾਂ ਦਾ ਕੰਮ ਕਰਾਉਣ ਲੱਗ ਗਿਆ। ਜਦੋਂ 1 ਮਹੀਨਾ ਰਹੇ ਹੋ ਤੁਸੀਂ ਕੰਮ ਕਰਦੇ ਰਹੇ ਹੋ? ਹਾਂਜੀ ਪਹਿਲਾਂ ਮੈਨੂੰ ਹਾਂਜੀ ਹਾਂਜੀ ਕਿੰਨੇ ਪੈਸੇ ਤੁਹਾਨੂੰ ਲੈ ਕੇ ਉਹ 100 ਰੁਪਇਆ ਕਹਿ ਕੇ ਲੈ ਕੇ ਗਈ ਸੀ, ਮਾਂ ਦਾ 100 ਰੁਪਇਆ ਦਿੱਤਾ ਜੀ। ਹਾਂਜੀ 25,000 ਰੁਪਇਆ ਜਦੋਂ ਉਹਨੇ ਮੇਰਾ ਟੈਕਸ ਵੀਜ਼ਾ ਭੇਜਿਆ, 25,000 ਰੁਪਇਆ ਲਿਖਿਆ। ਹਾਂਜੀ ਹਾਂਜੀ ਉਹਨੇ ਕੁੜੀ ਨੇ ਮੈਨੂੰ ਆਫਿਸ ਚ ਵੇਚਤਾ ਸੀ, ਆਫਿਸ ਵਾਲਿਆਂ ਨੇ ਮੈਨੂੰ ਗਾਹ ਅਰਜੀਆਂ ਦੇ ਘਰੇ ਵੇਚਤਾ। ਇਹ ਜਦੋਂ ਉਹਨਾਂ ਨੇ ਮੇਰੇ ਤੋਂ ਪੈਸੇ ਮੰਗੇ, ਜਦੋਂ ਮੈਂ ਉਹਨਾਂ ਨੂੰ ਕਿਹਾ ਮੈਂ ਆਪਦੇ ਘਰ ਜਾਣਾ, ਮੈਂ ਨਹੀਂ ਕੰਮ ਕਰਨਾ, ਮੈਂ ਬਿਮਾਰ ਹੋ ਗਈ, ਮੇਰੇ ਹੱਥ ਪੈਰ ਖਰਾਬ ਹੋ ਗਏ, ਦਵਾਈ ਉਹ ਦਵਾਉਂਦੇ ਨਹੀਂ ਸੀਗੇ ਮੈਨੂੰ। ਮੈਂ ਕਿਹਾ ਮੈਂ ਆਪਦੇ ਘਰ ਜਾਣਾ। ਉਹ ਕਹਿੰਦੇ 1,000 ਰੁਪਇਆ ਦੇ ਦੇ ਫਿਰ ਅਸੀਂ ਤੈਨੂੰ ਜਾਣ ਦੇਵਾਂਗੇ। ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਪੈਸਾ ਕਾਹਦਾ ਮੰਗਦੇ ਪਏ ਹੋ? ਫਿਰ ਉਹਨਾਂ ਨੇ ਦੱਸਿਆ ਕਿ ਆਹ ਕੁੜੀ ਨੇ ਤੈਨੂੰ ਵੇਚਿਆ ਹੋਇਆ ਵਾ, ਅਸੀਂ ਉਹ ਪੈਸਾ ਮੰਗਦੇ ਪਏ। ਬਾਬਾ ਜੀ ਤੱਕ ਕਿਵੇਂ ਸੰਪਰਕ ਹੋਇਆ? ਮੇਰਾ ਪਰਿਵਾਰ ਆਇਆ ਸੀ, ਉਹਨਾਂ ਨੇ ਸਾਡੇ ਤੋਂ ਪੈਸਾ ਲੈ ਲਿਆ ਸੀ, ਫਿਰ ਵੀ ਭੇਜਦੇ ਨਹੀਂ ਪਏ ਸੀ। ਫਿਰ ਮੇਰਾ ਪਰਿਵਾਰ ਇੱਥੇ ਆਏ, ਫਿਰ ਬਾਬਾ ਜੀ ਨੇ ਐਮਬੈਸੀ ਫੋਨ ਕੀਤਾ, ਉੱਥੇ ਉਹਨਾਂ ਨੇ ਮੈਨੂੰ ਬਚਾਇਆ ਕਢਾਇਆ। ਇਹਨਾਂ ਨੇ ਹਾਂਜੀ ਬਹੁਤ ਕੁੱਟਦੇ ਸੀ ਬਹੁਤ, ਜਦੋਂ ਵੀ ਫੋਨ ਉਹਨਾਂ ਨੂੰ ਕਹਿੰਦੇ ਫੋਨ, ਜਦੋਂ ਫੋਨ ਨਹੀਂ ਦਿੰਦੇ ਸੀ ਨਾ ਕੁਛ ਖਾਣ ਨੂੰ, ਉਹ ਪੈਸੇ ਦੀ ਮੰਗ ਕਰਦੇ ਸੀ, ਬਸ ਪੈਸਾ ਦਿਓ ਆਪਦੇ ਪਰਿਵਾਰ ਨੂੰ ਕਹੋ। ਨਹੀਂ ਇਹੋ ਜਿਹਾ ਕੁਛ ਨਹੀਂ, ਬਸ ਕੁੱਟਮਾਰ ਕਰਦੇ ਸੀ, ਪੈਸੇ ਦੀ ਮੰਗ ਕਰਦੇ ਸੀ, ਕਮਰੇ 'ਚ ਬੰਦ ਕਰਕੇ ਰੱਖਿਆ ਜਾਂਦਾ ਸੀ ਤੇ ਖਾਣਾ ਨਹੀਂ ਦਿੰਦੇ ਸੀ, ਜਦੋਂ ਉਹਨਾਂ ਦਾ ਜੀ ਕਰਦਾ ਸੀ ਉਦੋਂ ਦਿੰਦੇ ਸੀ ਖਾਣ ਨੂੰ, ਕਿਸੇ ਨਾਲ ਗੱਲ ਨਹੀਂ ਹੁੰਦੀ ਸੀ। ਜਦੋਂ ਅਮਰਜੋਤ ਮੇਰੇ ਪਰਿਵਾਰ ਨੇ ਪੁਲਿਸ ਕੰਪਲੇਂਟ ਕੀਤੀ ਉਹਦੇ ਤੇ, ਫਿਰ ਉਹਨੇ ਮੇਰੀ ਗੱਲ ਕਰਾਉਣ ਲੱਗ ਗਈ ਕੋਰਟ ਸੈਸ ਤੇ। ਉਹ ਉਹਨੂੰ ਮੈਂ ਕੁੜੀ ਨੂੰ ਮੈਸੇਜ ਕੀਤਾ ਸੀ ਕਿ ਉਹ ਉਹਨਾਂ ਨੂੰ ਕਹਿਣ ਲੱਗ ਗਈ ਸੀ ਪੈਸੇ ਦੇ ਦਿਓ ਪ੍ਰੀਆ ਦੇ ਤੇ ਮੈਂ ਇਹਨੂੰ ਭੇਜਦੀ ਹਾਂ, ਕਿਉਂਕਿ ਪ੍ਰੀਆ ਬਿਮਾਰ ਹੋਈ ਪਈ ਆ ਥੋੜੀ ਕੁੜੀ। ਤੇ ਫਿਰ ਉਹਨੇ ਘਰੇ ਫੋਨ ਕੀਤਾ, ਫਿਰ ਘਰਦੇ ਕਹਿੰਦੇ ਰਹੇ ਗੱਲ ਕਰਾ, ਕਰਾਉਂਦੀ ਨਹੀਂ ਸੀ ਬਹੁਤ ਟਾਈਮ, ਉਹਨੇ 1 ਮਹੀਨਾ ਮੇਰੀ ਗੱਲ ਨਹੀਂ ਕਰਾਈ ਸੀ। 1 ਮਹੀਨੇ ਬਾਅਦ ਉਹਨੇ ਮੇਰੇ ਪਰਿਵਾਰ ਨਾਲ ਗੱਲ ਕਰਾਈ, ਉਹ ਵੀ ਪੈਸਿਆਂ ਦੀ ਗੱਲ ਕੀਤੀ ਕਿ ਪੈਸੇ ਦੇ ਦਿਓ। ਪਹਿਲਾਂ ਉਹਨਾਂ ਨੇ ਸਾਡੇ ਤੋਂ 60,000 ਰੁਪਇਆ ਮੰਗਿਆ, ਇੰਡੀਆ ਦਾ 60,000, ਓਮਾਨ ਦਾ 300 ਰਿਆਲ ਮੰਗਿਆ, ਕਹਿੰਦੇ ਥੋੜੀ ਟੈਕਸ ਕਰਾ ਦਿੰਦੇ। ਜਦੋਂ ਅਸੀਂ ਪਰਿਵਾਰ ਨੂੰ ਕਹਿਤਾ ਕਿ ਤੁਸੀਂ ਪੈਸੇ ਇੱਧਰ ਉੱਧਰ ਫੜੋ, ਪਰ ਉਹਨੇ ਬਾਅਦ 'ਚ ਸਾਡਾ 30,000 ਰੁਪਇਆ ਲੈ ਕੇ ਫਿਰ ਕਹਿੰਦੀ 60,000 ਮੰਗਿਆ, ਇਹਤੇ ਵੀ ਮੈਨੂੰ ਟੈਕਸ ਨਹੀਂ ਕਰਾਈ ਮਿਲੀ ਉਹਨਾਂ ਨੇ। ਹਾਂਜੀ ਉੱਥੇ ਜਦੋਂ ਮੈਂ ਗਈ ਹਾਂ, ਮੈਂ 2 ਕੁੜੀਆਂ ਹੋਰ ਵੀ ਸੀ ਉੱਥੇ ਫਸੀਆਂ ਹੋਈਆਂ, ਪੰਜਾਬੀ ਕੁੜੀਆਂ ਸੀ। ਹਾਂਜੀ ਮੈਨੂੰ ਉਹ ਮੈਨੂੰ ਨਹੀਂ ਪਤਾ, ਮੈਂ ਉਹਨਾਂ ਨੇ ਮੈਨੂੰ ਉਦੋਂ ਹੀ ਭੇਜਤਾ ਜਦੋਂ ਹੀ ਮੈਨੂੰ ਲੈ ਕੇ ਆਏ, ਇੱਕ ਦੂਜੇ ਨਾਲ ਨਹੀਂ ਹੋਈ ਉਹ, ਕਿਉਂਕਿ ਮੈਨ ਨਹੀਂ ਦਿੰਦੇ ਇੱਕ ਦੂਜੇ ਨਾਲ। ਨਹੀਂ ਮੇਰੇ ਜਾਣਕਾਰੀ ਨਹੀਂ। ਹਾਂ ਮੇਰੇ ਮਾਸੀ ਆਏ ਸੀ ਮੇਰੇ ਨਾਲ, ਉਹ ਪਹਿਲਾਂ ਹੀ ਆ ਗਏ ਸੀ, ਉਹਨਾਂ ਨੂੰ ਉੱਥੇ ਆਫਿਸ 'ਚ ਸੀਗੇ, ਉਹਨਾਂ ਨੂੰ ਪਤਾ ਲੱਗ ਗਿਆ ਸੀ ਉੱਥੋਂ ਦਾ ਮਾਹੌਲ ਤੇ ਉਹ ਆ ਗਏ ਤੇ ਇਹਨਾਂ ਨੇ ਮੈਨੂੰ ਗਾਂਹ ਵੇਚ ਚੁੱਕੇ ਸੀ। ਫਿਰ ਮੈਨੂੰ ਨਿਕਲ ਨਹੀਂ ਦਿੱਤਾ ਇਹਨਾਂ ਨੇ। ਹਾਂਜੀ ਕਾਰਵਾਈ ਦੀ ਮੰਗ ਕਰਦੇ ਅਸੀਂ ਉੱਥੇ ਗਏ ਸੀ NRI ਪੁਲਿਸ ਕੋਲੇ,
ਅਸੀਂ ਉਹਨਾਂ ਨੂੰ ਕਿਹਾ ਪਰਚਾ ਦਰਜ ਕਰੋ, ਅਸੀਂ ਜਿਹੜੇ ਬਿਆਨ ਲਿਖਾਉਂਦੇ ਹਾਂ ਉਹ ਸਾਡੇ ਬਿਆਨ ਨਹੀਂ ਲਿਖਦੇ ਭਾਈ। ਹਾਂਜੀ ਐਨ ਆਰ ਆਈ ਪੁਲਿਸ ਮੋਗੇ ਮੋਗੇ ਹਾਂਜੀ 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 ਉਹ ਉੱਥੇ ਬੈਠੀ ਬਿਆਨ ਜਿਹੜੇ ਦਿੰਦੀ ਉਹਦੀ ਮਦਦ ਕਰਦੇ ਆ, ਜਿਹੜੇ ਮੈਂ ਉਹਨਾਂ ਨੂੰ ਦੱਸਦੀ ਪਈ ਆ ਮੇਰੇ ਨਾਲ ਉਹਨਾਂ ਨੇ ਕੁੱਟ ਮਾਰ ਕੀਤੀ, ਸਾਡੇ ਤੋਂ ਪੈਸਾ ਲੁੱਟਿਆ ਗਿਆ, ਇੰਨਾ ਸਾਨੂੰ ਪਰੇਸ਼ਾਨ ਕੀਤਾ, ਫਿਰ ਵੀ ਉਹ ਕਹਿੰਦੇ ਸਾਨੂੰ ਸਬੂਤ ਦਿਓ ਉੱਥੇ ਤੁਹਾਡੇ ਕੋਲ ਕੀ ਸਬੂਤ ਆ। ਮੈਂ ਕਿਹਾ ਮੇਰੇ ਕੋਲ ਕੋਈ ਸਬੂਤ ਨਹੀਂ, ਮੈਨੂੰ ਤਾਂ ਉਹਨਾਂ ਨੇ ਬੰਦ ਕੀਤਾ ਹੋਇਆ ਸੀ ਉੱਥੇ, ਮੈਨੂੰ ਇੱਕ ਕਮਰੇ ਚ ਬੰਦ ਕਰਕੇ ਫੋਨ ਮੇਰੇ ਤੋਂ ਖੋਇਆ ਹੋਇਆ ਸੀ, ਮੈਂ ਉੱਥੋਂ ਸਬੂਤ ਕਿੱਥੋਂ ਇਕੱਠੇ ਕਰ ਦੀ। ਹਾਂਜੀ ਇੱਦਾਂ ਹੀ ਕਹਿੰਦੇ ਪਏ ਸਬੂਤ ਲੈ ਕੇ ਆਓ ਤੁਸੀਂ, ਤੁਹਾਡੇ ਨਾਲ ਕੁੱਟ ਮਾਰ ਹੋਈ। ਬਾਬਾ ਜੀ ਕਹਿੰਦੇ ਤੁਹਾਡੀ ਮਦਦ ਕੀਤੀ ਜਾਊਗੀ, ਉਹਨਾਂ ਪੁਲਿਸ ਵਾਲਿਆਂ ਤੇ ਵੀ ਕਾਰਵਾਈ ਕੀਤੀ ਜਾਊਗੀ। ਅਜੇ ਜਿਵੇਂ ਕਿ ਲਗਾਤਾਰ ਪ੍ਰੈਸ ਮੀਡੀਆ ਦੇ ਰਾਹੀਂ ਅਸੀਂ ਸੂਚਿਤ ਵੀ ਕਰਦੇ ਰਹਿੰਦੇ ਹਾਂ, ਲੰਬੇ ਸਮੇਂ ਤੋਂ ਜਿਹੜੀਆਂ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀਆਂ ਲੜਕੀਆਂ ਫਸੀਆਂ ਉਹ ਵੱਖ ਵੱਖ ਸਮਿਆਂ ਦੇ ਉੱਤੇ ਜਿਹੜੀਆਂ ਹੈ ਉਹਨਾਂ ਨੂੰ ਜਿੰਨੀਆਂ ਕੁ ਸਾਡੇ ਕੋਲੋਂ ਕੰਪਲੇਂਟਾਂ ਆਉਂਦੀਆਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵਿਦੇਸ਼ ਮੰਤਰਾਲੇ ਅਤੇ ਜਿਹੜੇ ਅੰਬੈਸੀ ਦੇ ਥਰੂ ਇਹਨਾਂ ਨੂੰ ਜਿਹੜਾ ਹੈ ਵਾਪਸ ਮੰਗਾਇਆ ਜਾਵੇ, ਕਿਉਂਕਿ ਉੱਧਰ ਜਾ ਕੇ ਜਿਹੜੀਆਂ ਬੱਚੀਆਂ ਫਸ ਜਾਂਦੀਆਂ। ਪਹਿਲੀ ਗੱਲ ਤਾਂ ਅਸੀਂ ਇਹ ਬੇਨਤੀ ਕਰਾਂਗੇ ਕਿ ਬਿਨਾਂ ਪਰ ਵਰਕ ਪਰਮਿਟ ਤੋਂ ਲੜਕੀਆਂ ਜਿਹੜੀਆਂ ਹੈ ਬਾਹਰ ਭੇਜੀਆਂ ਜਾਂਦੀਆਂ, ਖਾਸ ਕਰਕੇ ਓਮਾਨ ਇਹ ਅਰਬ ਮੁਲਕਾਂ ਵਿੱਚ। ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਉੱਥੇ ਲੜਕੀਆਂ ਨੂੰ ਨਾ ਭੇਜਿਆ ਜਾਵੇ, ਜੋ ਇਹਨਾਂ ਦੀ ਉੱਥੇ ਦੁਰਦਸ਼ਾ ਹੁੰਦੀ ਹੈ, ਜਿਸ ਤਰ੍ਹਾਂ ਦਾ ਮਿਸਬਿਹੇਵ ਹੁੰਦਾ, ਜਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਇਹ ਲੜਕੀਆਂ ਵਾਪਸ ਆਉਂਦੀਆਂ, ਜੋ ਇੱਥੇ ਆਣ ਕੇ ਮਾਂ ਬਾਪ ਆਪਣੇ ਲੜਕੀਆਂ ਦੀ ਵਿਥਿਆ ਸੁਣਾਉਂਦੇ ਆ, ਬੜੀ ਦਰਦ ਭਰੀ ਹੁੰਦੀ ਹੈ। ਸੋ ਅੱਜ ਵੀ ਜਿਹੜੇ ਹੈ ਇੱਕ ਲੜਕੀ ਜਿਹੜੀ ਮੋਗੇ ਤੋਂ ਵਾਪਸ ਆਈ ਹੈ, ਉਹ ਤੁਹਾਡੇ ਨਾਲ ਉਹਦੇ ਰੂਬ ਰੂਬ ਕਰਾਉਂਦੇ ਹਾਂ, ਜਿਹੜੀ ਕਿ ਪਿਛਲੇ ਸਾਲ ਸਤੰਬਰ ਦੇ ਵਿੱਚ ਓਮਾਨ ਗਈ ਸੀ ਅਤੇ ਇੱਥੇ ਉਹਨਾਂ ਨੂੰ 100 ਰੈਲ ਦਾ ਕਹਿ ਕੇ 21,000 ਰੁਪਈਆ ਮਹੀਨੇ ਦਾ ਦੇਣ ਦਾ ਵਾਅਦਾ ਕੀਤਾ ਸੀ, ਕਿਉਂਕਿ ਜੇ ਗਰੀਬ ਪਰਿਵਾਰ ਆ ਉਹ ਸੋਚ ਲੈਂਦਾ ਕਿ ਚਲੋ ਇੱਥੇ ਨਾਲੋਂ ਬਾਹਰ ਜਾ ਕੇ ਚਲੋ ਮੇਰੇ ਪਰਿਵਾਰ ਚੱਲ ਜੂਗਾ, ਪਰਿਵਾਰ ਦੇ ਵਿੱਚ ਇੱਥੇ ਵੀ ਜਿਹੜਾ ਹੈ ਕੋਈ ਕੰਮ ਕਾਰ ਨਹੀਂ। ਅਤੇ ਜਦੋਂ ਉੱਥੇ ਇਹ ਇੱਕ ਇਹੋ ਜਿਹਾ ਗੈਗ ਬਣਿਆ ਹੋਇਆ, ਜਿਹੜੀਆਂ ਖਾਸ ਕਰਕੇ ਜਨਾਨੀਆਂ ਖਾਸ ਕਰਕੇ ਜਿਹੜੀਆਂ ਲੜਕੀਆਂ ਉਹਨਾਂ ਨੂੰ ਭਰਮਾ ਕੇ ਲਾਲਚ ਦੇ ਕੇ ਬਾਹਰ ਭੇਜ ਦਿੰਦੇ ਆ, ਜਿੱਥੇ ਜਾ ਕੇ ਇਹ 2 ਮਹੀਨੇ ਦਾ ਵੀਜ਼ਾ ਲੈ ਕੇ ਇਹ ਮਾਸਕ ਦੁਬਈ ਜਾਂਦੇ ਆ, ਦੁਬਈ ਤੋਂ ਮਗਰੋਂ ਇਹਨਾਂ ਨੂੰ ਮਾਸਕਟ ਭੇਜ ਦਿੱਤਾ ਜਾਂਦਾ ਅਤੇ ਉੱਥੇ ਜਿਹੜੇ ਹੈਗੇ ਆ 2 ਮਹੀਨਿਆਂ ਦੇ ਵਿੱਚ ਕਿਸੇ ਨਾ ਕਿਸੇ ਉੱਥੇ ਉੱਥੇ ਦੇ ਜਿਹੜੇ ਹੈ ਲੋਕ ਆ ਉਹਨਾਂ ਦੇ ਨਾਲ ਕੰਟਰੈਕਟ ਕਰ ਦਿੰਦਾ ਜਾਂਦਾ। ਜਿਹੜੇ ਆਮ ਖਰਕ ਖਾਸ ਕਰਕੇ ਸਾਡੀਆਂ ਲੜਕੀਆਂ ਅਨਪੜ੍ਹ ਹੁੰਦੀਆਂ, ਉਹਨਾਂ ਕੋਲ ਅੰਗੂਠਾ ਲਵਾ ਲੈਂਦੇ ਜਾਂ ਸੈਨ ਕਰਾ ਲੈਂਦੇ ਆ, ਅਤੇ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਇਹ ਜਿਹੜੇ ਸੈਨ ਕਰਵਾਏ ਆ ਉਹਦੇ ਕਾਹਦੇ ਕਰਵਾਏ ਆ। ਅਤੇ ਇਸ ਲੜਕੀ ਨੂੰ ਵੀ 2 ਲੱਖ ਰੁਪਈਏ ਦੇ ਵਿੱਚ ਉਹਨਾਂ ਇਹਨਾਂ ਨੇ ਉੱਥੇ ਵੇਚ ਦਿੱਤਾ ਸੀ, ਜਿਹੜਾ ਕਿ ਪਹਿਲਾਂ ਵੀ ਇਹਨਾਂ ਕੋਲ ਪੈਸੇ ਲੈ ਲਏ, ਬਾਅਦ ਵਿੱਚ ਫਿਰ ਇਹਨਾਂ ਕੋਲ ਪੈਸੇ ਮੰਗਦੇ ਸੀ। ਇਹਨਾਂ ਨੇ ਸਾਡੇ ਕੋਲ 7 ਮਈ ਨੂੰ ਕੰਪਲੇਂਟ ਕੀਤੀ ਸੀ ਅਤੇ ਇਹ ਜਿਹੜੀ ਹੈ ਲੜਕੀ ਤਕਰੀਬਨ ਜਿਹੜੀ ਹੈਗੀ ਕਿੰਨੇ ਦਿਨ ਪਹਿਲਾਂ ਆ ਗਈ ਬੇਟਾ, 7ਵੇਂ ਮਹੀਨੇ ਦੇ ਵਿੱਚ ਜਿਹੜੇ ਹੈਗੇ ਆ ਇਹ ਵਾਪਸ ਆ ਗਈ। ਸੋ ਇਹ ਅਸੀਂ ਜਿਹੜਾ ਵੀ ਇੱਥੇ ਸਾਡੇ ਕੋਲ ਕੰਪਲੇਂਟ ਲੈ ਕੇ ਆਉਂਦਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਕਿ ਤੁਸੀਂ ਜਿਸ ਏਜੰਟ ਨੇ ਤੁਹਾਨੂੰ ਬਾਹਰ ਭੇਜਿਆ, ਤੁਹਾਡੇ ਨਾਲ ਠੱਗੀ ਕੀਤੀ ਹੈ, ਉਹਦੇ ਉੱਤੇ ਕੰਪਲੇਂਟ ਕੀਤੀ ਜਾਵੇ।
ਅਫਸੋਸ ਦੀ ਗੱਲ ਕੀ ਹੈ ਕਿ ਇਹ ਲੜਕੀ ਜੋ ਸਾਨੂੰ ਇੱਥੇ ਇਸ ਵੇਲੇ ਦੱਸ ਰਹੀ ਹੈ, ਇਹ ਮੋਗਾ ਦੀ ਇਹ ਲੜਕੀ ਹੈ, ਅਤੇ ਚਾਹੀਦਾ ਤਾਂ ਇਹ ਸੀਗਾ ਕਿ ਪੁਲਿਸ ਨੂੰ ਕਿ ਜਿਹੜੇ ਏਜੰਟ ਆ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ। ਇਹਨਾਂ ਨੇ ਅੱਜ ਸਾਨੂੰ ਦੱਸਿਆ ਕਿ ਜਿਹੜਾ ਥਾਣੇਦਾਰ ਆ ਉਹ ਸਾਡੇ ਬਿਆਨ ਨਹੀਂ ਲਿਖ ਰਿਹਾ, ਅਤੇ ਉਹ ਕਹਿ ਰਿਹਾ ਕਿ ਅਸੀਂ ਤੁਹਾਡੇ ਦੇ ਉੱਤੇ ਕੇਸ ਕਰਨਾ ਕਿ ਤੁਸੀਂ ਜਿਹੜਾ ਹੈਗਾ ਤੁਸੀਂ ਇਸ ਤਰ੍ਹਾਂ ਬਾਹਰ ਕਿਉਂ ਗਏ, ਜਦੋਂ ਕਿ ਠੱਗੀ ਇਹਨਾਂ ਦੇ ਨਾਲ ਹੋਈ ਹੈ। ਸੋ ਬੜੀ ਦੁੱਖ ਦੀ ਗੱਲ ਆ ਜਦੋਂ ਕਿ ਅਸੀਂ ਡੀ ਜੀ ਪੀ ਸਾਹਿਬ ਨੂੰ ਵੀ ਮਿਲ ਕੇ ਆਏ, ਇਹਦੀ ਸਿੱਟਾਂ ਵੀ ਬਣਾਈਆਂ ਕਿ ਇਹਨਾਂ ਲੋਕਾਂ ਦੀ ਜਿਹੜੀ ਹੈਗੀ ਹੈ ਪੜਤਾਲ ਕੀਤੀ ਜਾਵੇ, ਪਰ ਉਹ ਲੋਕ ਪੈਸੇ ਚੜਾ ਦਿੰਦੇ ਆ ਅਤੇ ਜਿਹੜਾ ਜਿਹੜੀ ਕਾਰਵਾਈ ਕਰਨ ਦੀ ਬਜਾਏ ਸਗੋਂ ਉਹਨਾਂ ਨੂੰ ਉਹਨਾਂ ਦੀ ਰੱਖਿਆ ਕੀਤੀ ਜਾਂਦੀ ਹੈ। ਇਹ ਬੜੀ ਹੋਰ ਵੀ ਦੁੱਖ ਦੀ ਗੱਲ ਆ। ਸੋ ਸਾਡਾ ਇਹੀ ਬੇਨਤੀ ਹੈ ਕਿ ਚਲੋ ਇਹ ਬੱਚੀ ਹੈਗੀ, ਇਹਦੇ ਨਾਲ ਇੱਕ ਹੋਰ ਲੜਕੀ ਸੀ ਉਹ ਵੀ ਜਿਹੜੀ ਹੈਗੀ ਆ ਵਾਪਸ ਆ ਚੁੱਕੀ ਹੈ, ਜਿਹੜੀ ਇਹਦੇ ਨਾਲ ਹੀ ਸੀਗੀ 4 ਜੁਲਾਈ ਨੂੰ ਉਹ ਵੀ ਵਾਪਸ ਆ ਗਈ ਹੈ। ਅਤੇ ਜਿਹੜੀ ਇਸੇ ਤਰ੍ਹਾਂ ਦੀਆਂ ਹੋਰ ਵੀ ਜਿਹੜੀਆਂ ਹੈਗੀਆਂ ਤਕਰੀਬਨ 90 ਤੋਂ ਵੱਧ ਲੜਕੀਆਂ ਜਿਹੜੀਆਂ ਹੈਗੀਆਂ ਓਮਾਨ ਤੋਂ ਵਾਪਸ ਆ ਚੁੱਕੀਆਂ, ਜਿਹਨਾਂ ਦੇ ਨਾਲ ਹੋਰ ਜਿਹੜੀਆਂ ਹੈਗੀਆਂ ਕਿ ਜਦੋਂ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਹੁੰਦੀ ਹੈ ਤਾਂ ਲੜਕੀਆਂ ਨਾਲ ਹੋਰ ਵੀ ਦੱਸਦੇ ਆ ਕਿ ਉੱਥੇ ਹੋਰ ਵੀ 15-20 ਲੜਕੀਆਂ ਹੈ। ਉਹ ਵੀ ਅਸੀਂ ਸਾਰੀ ਬੇਨਤੀ ਕਰਦੇ ਹਾਂ ਬੈਸੀ ਨੂੰ ਵੀ ਇਹ ਇੱਕ ਤਾਂ ਸ਼ਿਕਾਇਤ ਸਾਡੇ ਕੋਲ ਆਈ ਹੈ, ਇਹਨਾਂ ਦੇ ਨਾਲ ਹੋਰ ਵੀ ਲੜਕੀਆਂ ਤਕਰੀਬਨ ਜਿਹੜੀਆਂ ਹੈਗੀਆਂ 125 ਤੋਂ ਵੱਧ ਜਿਹੜੀਆਂ ਲੜਕੀਆਂ ਵਾਪਸ ਆ ਚੁੱਕੀਆਂ। ਸੋ ਫਿਰ ਦੁਬਾਰਾ ਜਿਹੜੇ ਹੈਗੇ ਉਹ ਜਿਹੜੇ ਗਾਇਕ ਆ ਉਸੇ ਤਰ੍ਹਾਂ ਹੀ ਕੰਮ ਕਰ ਰਹੇ ਆ ਜਿਵੇਂ ਵਾਪਸ ਆਉਂਦੇ ਆ। ਦੁਬਾਰਾ ਜਿਹੜਾ ਹੈਗਾ ਜੇ ਜਦੋਂ ਪੀੜਿਤ ਉੱਥੋਂ ਰਿਕੁਐਸਟ ਕਰਦਾ ਵੀ ਸਾਨੂੰ ਵਾਪ ਭੇਜਿਆ ਜਾਵੇ, ਫਿਰ ਇਹਨਾਂ ਕੋਲ ਪੈਸੇ ਲਈ ਜਾਂਦੇ, ਉੱਥੇ ਕੁੱਟਮਾਰ ਕਰਦੇ ਆ ਕਿ ਸਾਨੂੰ ਪੈਸੇ ਦਿਓ ਤਾਂ ਅਸੀਂ ਤਾਂ ਇਹਨੂੰ ਵਾਪਸ ਭੇਜਾਂਗੇ। ਸੋ ਪਹਿਲਾਂ ਵੀ ਪੈਸੇ ਦੇ ਕੇ ਜਾਂਦੇ, ਉੱਥੇ ਫਸ ਵੀ ਜਾਂਦੇ, ਫਿਰ ਦੁਬਾਰਾ ਪੈਸੇ ਮੰਗਦੇ ਆ। ਇਹ ਇੱਕ ਬਹੁਤ ਵੱਡਾ ਜਿਹੜਾ ਹੈਗਾ ਗਰੋਹ ਆ ਜਿਹੜਾ ਕੰਮ ਕਰ ਰਿਹਾ ਇੱਥੇ, ਖਾਸ ਕਰਕੇ ਇਹਨਾਂ ਨੂੰ ਸੰਪਰਕ ਕਰਨ ਵਾਲੀਆਂ ਵੱਖ ਵੱਖ ਥਾਵਾਂ 'ਤੇ ਮਾਈਆਂ ਬੈਠੀਆਂ, ਇਹਨਾਂ ਦੇ ਅੱਗੇ ਜਿਹੜੇ ਹੈਗੇ ਆ ਵੱਖ ਹੋਰ ਜਿਹੜੇ ਹੈਗੇ ਆ ਏਜੰਟ ਆ ਜਿਹੜੇ ਇਹਨਾਂ ਨੂੰ ਉਹਨਾਂ ਨੂੰ ਥੋੜ੍ਹੇ ਬਹੁਤੇ ਪੈਸੇ ਦੇ ਕੇ ਉਹਨਾਂ ਤੋਂ ਇਹ ਅੱਗੇ ਜਾ ਕੇ ਸੰਪਰਕ ਕਰਦੇ ਆ। ਸਾਡੀ ਸਰਕਾਰ ਨੂੰ ਵੀ ਬੇਨਤੀ ਹੈ, ਸਾਡੇ ਪੁਲਿਸ ਦੇ ਡੀ ਜੀ ਪੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਜਿਹੜੇ ਵੀ ਇਹ ਸਿੱਟਾਂ ਬਣਾਈਆਂ, ਜਿਹੜੇ ਵੀ ਬੱਚੇ ਬਾਹਰੋਂ ਆਉਂਦੇ ਆ ਇਹਨਾਂ ਦੇ ਉੱਤੇ ਜਿਹੜੀ ਹੈਗੀ ਆ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇ, ਤਾਂ ਕਿ ਇਹ ਜਿਹੜਾ ਲਗਾਤਾਰ ਜਿਹੜੀਆਂ ਲੜਕੀਆਂ ਫਿਰ ਉਹਨਾਂ ਮੁਲਕਾਂ 'ਚ ਜਾ ਰਹੀਆਂ ਉਹਨਾਂ ਨੂੰ ਰੋਕਿਆ ਜਾਵੇ। ਇਹ ਤਾਂ ਹੀ ਰੁਕ ਸਕਦੀਆਂ ਕਿ ਇਹਨਾਂ ਦੇ ਪਿੱਛੇ ਸਰਗ ਨੇ ਜਿਹੜੇ ਆ ਉਹਨਾਂ ਨੂੰ ਕਾਬੂ ਕੀਤਾ ਜਾਵੇ। ਸੋ ਇਹ ਬੜੀ ਦੁੱਖ ਦੀ ਗੱਲ ਆ ਜਦੋਂ ਕਿਸੇ ਵੀ ਪਰਿਵਾਰ ਦੀ ਲੜਕੀ ਉੱਥੇ ਜਾ ਕੇ ਫਸ ਜਾਂਦੀ ਆ, ਜੋ ਉਹਨਾਂ ਦੀ ਮਾਨਸਿਕ ਪੀੜਾ ਉਹ ਸਮਝਣੀ ਜਿਹੜੀ ਹੈਗੀ ਉਹ ਪਰਿਵਾਰ ਨੂੰ ਪਤਾ ਹੁੰਦਾ ਕਿ ਜਿਹਨਾਂ ਦੇ ਪਿੱਛੇ ਬੱਚੇ ਆ, ਮਾਂ ਬਾਪ ਆ, ਪਰਿਵਾਰ ਆ, ਪਰ ਲੜਕੀ ਉੱਥੇ ਫਸ ਜਾਂਦੀ ਆ। ਉਹ ਜਿਹੜੀ ਹੈਗੀ ਆ ਵੀਡੀਓ ਪਾਉਂਦੇ ਆ, ਉਹ ਆਪਣੇ ਮੈਸੇਜ ਭੇਜਦੇ ਆ, ਉਹ ਆਪਣੀ ਫੋਨ 'ਤੇ ਗੱਲ ਕਰਦੀ ਆ, ਜਿਸ ਤਰ੍ਹਾਂ ਉਹ ਉੱਥੇ ਜਾ ਕੇ ਉਹਨਾਂ ਦੀ ਹਾਲਤ ਹੁੰਦੀ ਹੈ, ਉਹਦਾ ਬੜੀ ਵੱਡੀ ਪੀੜਾ ਹੈ। ਸੋ ਅਸੀਂ ਬੇਨਤੀ ਕਰਾਂਗੇ ਜੇ ਕੋਈ ਵੀ ਜਿਹੜਾ ਹੈਗਾ ਇਸ ਤੁਹਾਡੇ ਚੈਨਲਾਂ ਦੇ ਮਾਧਿਅਮ ਦੇ ਰਾਹੀਂ ਸੁਣ ਰਿਹਾ, ਕਿਸੇ ਵੀ ਲੜਕੀ ਨੂੰ ਇਹਨਾਂ ਮੁਲਕਾਂ ਦੇ ਵਿੱਚ ਨਾ ਭੇਜੋ। ਹਾਂ ਅਸੀਂ ਕਹਿੰਦੇ